ਸਤਿ ਸ਼੍ਰੀ ਅਕਾਲ ਸਾਥੀਓ, ਮੈਂ ਤੁਹਾਡਾ ਆਪਣਾ ਭਗਵੰਤ ਮਾਨ। ਆਉਣ ਵਾਲੀ 20 ਤਰੀਕ ਨੂੰ ਪੰਜਾਬ ਨੇ ਆਪਣੀ ਕਿਸਮਤ ਦਾ ਫੈਸਲਾ ਕਰਨਾ ਹੈ। ਪੰਜਾਬ ਨੇ ਇਹ ਫੈਸਲਾ ਕਰਨਾ ਹੈ ਕਿ ਅਸੀਂ ਇਹਨਾਂ ਰਵਾਇਤੀ ਪਾਰਟੀਆਂ ਨੇ ਬਰਬਾਦੀ ਵੱਲ ਧੱਕੇ ਹੋਏ ਹਾਂ। ਪਿਛਲੇ  75 ਸਾਲ ਤੋਂ ਲੁੱਟਿਆ ਸਾਨੂੰ, ਕੁੱਟਿਆ ਸਾਨੂੰ, ਉਹਨਾਂ ਤੋਂ ਛੁਟਕਾਰਾ ਕਿਵੇਂ ਪਾਉਣਾ, ਇਹ ਪੰਜਾਬ ਨੇ ਫੈਸਲਾ ਕਰਨਾ ਹੈ। ਅਤੇ ਨੌਜਵਾਨਾਂ ਨੂੰ, ਵਪਾਰੀਆਂ ਨੂੰ, ਮਾਵਾਂ ਭੈਣਾਂ ਨੂੰ, ਬਜ਼ੁਰਗਾਂ ਨੂੰ ਸ਼ਕਤੀ ਦੇਣ ਵਾਸਤੇ ਲੋਕ ਇਸ ਵਾਰ ਝਾੜੂ ਨੂੰ ਵੋਟ ਪਾਉਣਗੇ। ਮੇਰੇ ਆਮ ਆਦਮੀ ਪਾਰਟੀ ਦੇ ਸਾਰੇ ਬੂਥ ਕਮੇਟੀ ਦੇ ਮੈਂਬਰਾਂ ਨੂੰ ਬੇਨਤੀ ਹੈ ਕਿ ਕੁਛ ਦਿਨ ਬਚੇ ਨੇ ਬਸ ਵੋਟਾਂ 'ਚ, ਜੇ ਕਿਤੇ ਆਪਾਂ ਇਹ ਦਿਨ ਪੰਜਾਬ ਦੇ ਲੇਖੇ ਲਾ ਦਈਏ, ਪੰਜਾਬ ਵਾਸਤੇ ਕੱਢ ਲਈਏ, ਸਾਰੇ ਰਿਸ਼ਤੇਦਾਰਾਂ ਨੂੰ, ਦੋਸਤਾਂ ਨੂੰ, ਮਿੱਤਰਾਂ ਨੂੰ ਵੋਟਾਂ ਪਾਉਣ ਵਾਸਤੇ ਆਪਾਂ ਬੂਥ ਤੱਕ ਪਹੁੰਚਾ ਦਈਏ, ਤਾਂ ਫਿਰ ਮੇਰੇ ਖਿਆਲ 'ਚ ਆਪਣਾ ਜਿਹੜਾ ਨਾਮ ਹੈ ਸਾਰਿਆਂ ਦਾ, ਉਹ ਸੁਨਹਿਰੀ ਅੱਖਰਾਂ 'ਚ ਲਿਖਿਆ ਜਾਊ ਕਿ ਇਹ ਸੀਗੇ ਜਿਨ੍ਹਾਂ ਨੇ ਆਜ਼ਾਦੀ ਤੋਂ ਬਾਅਦ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਉਣ ਲਈ ਜਿਹੜਾ ਉਹ ਯੋਗਦਾਨ ਪਾਇਆ। ਸੋ ਮੈਨੂੰ ਉਮੀਦ ਹੈ ਤੁਸੀਂ ਡੋਰ ਟੂ ਡੋਰ ਕਰ ਰਹੇ ਹੋ, ਪ੍ਰਚਾਰ ਪਹੁੰਚਾ ਰਹੇ ਹੋ ਜਗ੍ਹਾ ਜਗ੍ਹਾ 'ਤੇ, ਮੇਰੇ ਕੋਲ ਰਿਪੋਰਟਾਂ ਆ ਜਾਂਦੀਆਂ ਨੇ। ਹੁਣ ਮੈਨੂੰ ਉਮੀਦ ਹੈ ਕਿ 20 ਤਰੀਕ ਤੱਕ ਆਪਾਂ ਨੇ ਅਵੇਸਲੇ ਨਹੀਂ ਹੋਣਾ, ਇਹ ਨਹੀਂ ਕਹਿਣਾ ਚਲੋ ਜਿੱਤੇ ਪਏ ਹਾਂ ਜੀ, ਉਹ ਨਾ, ਜਿੰਨਾ ਚਿਰ ਰੀਵਨ ਨੂੰ ਟੱਚ ਨਹੀਂ ਕਰਦੇ ਉਹਨਾਂ ਚਿਰ ਰੇਸ ਓਵਰ ਨਹੀਂ ਮੰਨਣੀ। ਮੈਨੂੰ ਉਮੀਦ ਹੈ ਕਿ ਤੁਸੀਂ ਮੇਰਾ ਦਿਲ ਨਹੀਂ ਤੋੜੋਗੇ, ਕੇਜਰੀਵਾਲ ਸਾਹਿਬ ਦਾ ਦਿਲ ਨਹੀਂ ਤੋੜੋਗੇ, ਮਾਣ ਰੱਖੋਗੇ। ਬਹੁਤ ਬਹੁਤ ਧੰਨਵਾਦ। ਇਨਕਲਾਬ ਜਿੰਦਾਬਾਦ। ਚੋਟ ਲੱਗ ਗਿਆ, ਹੁਣ ਹੱਥ ਲੱਗ ਗਿਆ ਨਾ, ਹਾਂ ਆਪਣਾ ਨਿਤੇਸ਼ ਤੋਂ ਪਕੜ ਕੇ ਰੱਖਣਾ।
ਕਸ਼ਮੀਰ Yeah.
ਚਿਤਾਉਣਾ
ਕਿਵੇਂ ਹੋ ਜਗਾਵਾਂ ਵਾਲਿਓ? ਝਾੜੂ ਦਾ ਬਟਨ ਦੱਬੋਗੇ ਮਸ਼ੀਨ ਚੋ ਆਵਾਜ਼ ਆਊਗੀ, ਅਗਲਾ ਬੰਦਾ ਫੇਰ ਜਾਊਗਾ, ਅਗਲਾ ਬੰਦਾ ਦੱਬੂਗਾ, ਫੇਰ ਆਵਾਜ਼ ਆਊਗੀ, ਇਹਨੂੰ ਮਸ਼ੀਨ ਦੀ ਆਵਾਜ਼ ਨਾ ਸਮਝੋ, ਇਹਨੂੰ ਕਾਲੀਆਂ ਕਾਂਗਰਸੀਆਂ ਦੀਆਂ